ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੇਸ਼ਮ ਸਿੱਧੂ, ਤੁਸੀਂ ਦੇਖ ਰਹੇ ਹੋ KL ਫਾਸਟ ਨਿਊਜ਼। ਮਜ਼ਦੂਰ ਦਿਵਸ ਨੂੰ ਸਮਰਪਿਤ ਪਿੰਡ ਰੋੜੀ 'ਚ ਡੇਰਾ ਬਾਬਾ ਗੌਂਸਪੁਰੀ 'ਚ ਮਜ਼ਦੂਰ ਪੰਚਾਇਤ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮਨਰੇਗਾ ਮਜ਼ਦੂਰ, ਖੇਤ ਮਜ਼ਦੂਰ ਅਤੇ ਮੰਡੀ ਮਜ਼ਦੂਰ ਸ਼ਾਮਲ ਹੋਏ। ਇਸ ਪੰਚਾਇਤ ਵਿੱਚ ਵੱਡੀ ਸੰਖਿਆ ਦੇ ਵਿੱਚ ਮਹਿਲਾ ਮਜ਼ਦੂਰਾਂ ਨੇ ਵੀ ਹਿੱਸਾ ਲਿਆ। ਇਸ ਮਜ਼ਦੂਰ ਪੰਚਾਇਤ ਦੀ ਸ਼ੁਰੂਆਤ 1 ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ। ਇਸ ਮਜ਼ਦੂਰ ਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਨੌਜਵਾਨ ਭਾਰਤ ਸਭਾ ਦੇ ਰਾਸ਼ਟਰੀ ਅਧਿਆਕਸ਼ ਛਿੰਦਰਪਾਲ ਸਿੰਘ ਬਠਿੰਡਾ ਨੇ ਕਿਹਾ ਕਿ ਅੱਜ 1 ਮਈ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਦੱਸੇ ਰਾਸਤੇ 'ਤੇ ਚੱਲਦੇ ਅਤੇ ਉਹਨਾਂ ਦੇ ਸੰਦੇਸ਼ ਨੂੰ ਘਰ ਘਰ ਲੈ ਕੇ ਜਾਣ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਮਜ਼ਦੂਰ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ। ਇੱਕ ਤਰਫ ਮਜ਼ਦੂਰ ਦੇ ਹਾਲਾਤ ਮਾੜੇ ਹੈ ਅਤੇ ਦੂਜੀ ਤਰਫ ਮਜ਼ਦੂਰਾਂ ਨੂੰ ਮਿਲਣ ਵਾਲੀਆਂ ਸਰਕਾਰੀ ਸੁਵਿਧਾਵਾਂ 'ਤੇ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ। ਸ਼ਿਕਸ਼ਾ ਅਤੇ ਸਿਹਤ ਸੁਵਿਧਾਵਾਂ ਦਾ ਨਿੱਜੀਕਰਨ ਬੜੇ ਧੜੱਲੇ 'ਤੇ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮਜ਼ਦੂਰਾਂ ਨੂੰ ਇੱਕਜੁੱਟ ਹੋ ਕੇ ਮਜ਼ਬੂਤ ਹੋ ਕੇ ਸੰਘਰਸ਼ ਕਰਨਾ ਪਵੇਗਾ। ਇਸ ਤੋਂ ਬਾਅਦ ਮਜ਼ਦੂਰ ਪੰਚਾਇਤ ਨੂੰ ਮਾਸਟਰ ਬਿਕਰਮਜੀਤ ਸਿੰਘ ਸਾਧੂਵਾਲ ਵਾਲਾ ਨੇ ਸੰਬੋਧਨ ਕੀਤਾ। ਉਹਨਾਂ ਨੇ ਕਿਹਾ ਕਿ ਮਨਰੇਗਾ ਕਾਨੂੰਨ 'ਤੇ ਆਪਣੀ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ 2005 'ਚ ਬਣਿਆ ਕਾਨੂੰਨ ਮਨਰੇਗਾ ਮਜ਼ਦੂਰਾਂ ਲਈ ਬਹੁਤ ਹੀ ਲਾਹੇਵੰਦ ਕਾਨੂੰਨ ਹੈ, ਪਰ ਸਰਕਾਰ ਅਤੇ ਪ੍ਰਸ਼ਾਸਨ ਦੀ ਬੇਰੁਖੀ ਦਾ ਕਰਕੇ ਕਾਨੂੰਨ ਧਰਾਤਲ 'ਤੇ ਲਾਗੂ ਨਹੀਂ ਹੋ ਰਿਹਾ ਅਤੇ ਮਨਰੇਗਾ ਯੋਜਨਾ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਕਾਨੂੰਨ ਦੇ ਤਹਿਤ ਮਨਰੇਗਾ ਕਾਰਡ ਧਾਰਕਾਂ ਨੂੰ 100 ਦਿਨ ਦਾ ਕੰਮ ਮਿਲਣਾ ਚਾਹੀਦਾ ਹੈ ਅਤੇ ਕੰਮ ਦੇ ਆਵੇਦਨ ਕਰਨ ਦੇ 15 ਦਿਨ ਦੇ ਅੰਦਰ ਕੰਮ ਦੇਣਾ ਲਾਜ਼ਮੀ ਹੈ। ਜੇਕਰ ਕੰਮ ਨਹੀਂ ਮਿਲਦਾ ਤਾਂ 16 ਮਹੀਨੇ ਬੇਰੁਜ਼ਗਾਰੀ ਭੱਤੇ ਦੀ ਅਰਜ਼ੀ ਦਫ਼ਤਰਾਂ ਵਿੱਚ ਦੇਣੀ ਹੁੰਦੀ ਹੈ। ਇਸ ਤਰ੍ਹਾਂ ਹੀ ਕੰਮ ਖਤਮ ਹੋਣ ਦੇ 15 ਦਿਨ ਦੇ ਅੰਦਰ ਹੀ ਮਜ਼ਦੂਰੀ ਦਾ ਭੁਗਤਾਨ ਵੀ ਕਰਨਾ ਹੁੰਦਾ ਹੈ, ਪਰ ਹਕੀਕਤ ਇਹੋ ਜਿਹਾ ਨਹੀਂ ਹੋ ਰਿਹਾ। ਉਹਨਾਂ ਨੇ ਕਿਹਾ ਕਿ ਪਿੰਡ ਦੇ ਮਨਰੇਗਾ ਕਾਨੂੰਨ ਦੇ ਤਹਿਤ ਨਿਯਮ ਅਨੁਸਾਰ ਮਨਰੇਗਾ ਸਹਾਇਕ ਨਿਯੁਕਤ ਕਰਨਾ ਅਤੇ ਬੇਲਗਾਮ ਮਹਿੰਗਾਈ 'ਤੇ ਕਾਬੂ ਕਰਨ ਦੀਆਂ ਮੰਗਾਂ ਨੂੰ ਲੈ ਕੇ ਸਰਬਸੰਮਤੀ ਨਾਲ ਪ੍ਰਸਤਾਵ ਪਾਰਿਤ ਕੀਤੇ ਜਾਣੇ ਚਾਹੀਦੇ ਹੈ। ਇਸ ਤੋਂ ਬਾਅਦ ਡੇਰਾ ਬਾਬਾ ਗੌਂਸਪੁਰੀ ਤੋਂ ਲੈ ਕੇ ਅਨਾਜ ਮੰਡੀ ਤੱਕ ਰੋਸ ਪ੍ਰਦਰਸ਼ਨ ਕਰਦੇ ਹੋਏ ਮਾਰਚ ਕੱਢਿਆ ਗਿਆ ਅਤੇ 1 ਮਈ ਨੂੰ ਯਾਦ ਕਰਦੇ ਹੋਏ ਝੰਡਾ ਫਹਿਰਾਇਆ ਗਿਆ। ਇਸ ਮਜ਼ਦੂਰ ਪੰਚਾਇਤ 'ਚ ਨੌਜਵਾਨ ਭਾਰਤ ਸਭਾ ਦੇ ਵਕੀਲ ਸਿੰਘ ਰੋੜੀ, ਕੁਲਵਿੰਦਰ ਸਿੰਘ ਰੋੜੀ, ਸਾਹਿਲ ਪ੍ਰੀਤ ਸਿੰਘ, ਗੁਰਦੀਪ ਸਿੰਘ, ਸ਼ਿਵ ਸ਼ੰਕਰ ਰਾਏ ਸਿੰਘ, ਬੰਤਾ ਸਿੰਘ, ਗੋਰਾ ਸਿੰਘ, ਬੱਗੀ ਸਿੰਘ, ਭੋਲਾ ਸਿੰਘ, ਮਨਜੀਤ ਸਿੰਘ, ਮਨਜੀਤ ਕੌਰ, ਪਰਮਜੀਤ ਕੌਰ, ਮਾਨੂ ਕੌਰ ਸਹਿਤ ਹੋਰ ਲੋਕ ਮੌਜੂਦ ਸਨ। ਅੱਜ ਦੇ ਦਿਨ ਦਾ ਜਿਹੜਾ ਕੱਟ ਸੀਗਾ 1 ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਸੀਗਾ। 1 ਮਈ ਦੇ ਸ਼ਹੀਦ ਉਹ ਸ਼ਹੀਦ ਜਿਨ੍ਹਾਂ ਨੇ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਦਿਵਾਏ, 8 ਘੰਟੇ ਦੀ ਕੰਮ ਦਿਹਾੜੀ ਦਿਵਾਈ, ਜਿੱਥੇ ਇੱਕ ਪਾਸੇ ਅੱਜ ਦਾ ਪ੍ਰੋਗਰਾਮ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਸੀਗਾ, ਦੂਜਾ ਇਹ ਪ੍ਰੋਗਰਾਮ ਆ ਜਿਹੜਾ ਅੱਜ ਦੇ ਸਮੇਂ 'ਚ ਸਰਕਾਰਾਂ ਜਿਹੜੇ ਮਜ਼ਦੂਰਾਂ ਨੂੰ ਮਿਲੇ ਹੋਏ ਹੱਕ ਆ ਉਹ ਵੀ ਖੋ ਰਹੀਆਂ ਨੇ, ਉਹਨਾਂ ਹੱਕਾਂ ਦੀ ਬਹਾਲੀ ਵਾਸਤੇ ਅਤੇ ਸਰਕਾਰਾਂ ਨੂੰ ਇੱਕ ਚੇਤਾਵਨੀ ਦੇਣ ਵਾਸਤੇ ਵੀ ਉਹ ਇੱਥੇ ਹੀ ਰੁਕ ਜਾਣ, ਇੱਥੇ ਹੀ ਟਿਕ ਜਾਣ, ਨਹੀਂ ਤਾਂ ਉਹਨਾਂ ਨੂੰ ਮਜ਼ਦੂਰਾਂ ਦੇ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪਊਗਾ। ਇਹਦੇ ਨਾਲ ਨਾਲ ਇਸ ਦਿਨ ਦੇ ਵਿੱਚ ਅਸੀਂ ਜਿਹੜੇ ਲੋਕਾਂ ਦੇ ਕੋਈ ਸਥਾਨਕ ਮਸਲੇ ਸੀਗੇ ਉਹਨਾਂ ਮਸਲਿਆਂ ਬਾਰੇ ਮਤੇ ਵੀ ਪਾਸ ਕੀਤੇ ਆ, ਜਿਵੇਂ ਨਰੇਗਾ ਦਾ ਮਸਲਾ ਹੋ ਗਿਆ, ਰਾਸ਼ਨ ਕਾਰਡ ਕੱਟੇ ਜਾ ਰਹੇ ਆ ਬਹੁਤ ਵੱਡੇ ਪੱਧਰ ਦੇ ਉੱਤੇ, ਇਹ ਮਸਲਾ ਹੋ ਗਿਆ। ਇਹਨਾਂ ਮੰਗਾਂ ਮਸਲਿਆਂ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਆਪਦੀ ਵਿਉਂਤਬੰਦੀ ਬਣਾਈ ਹੈ ਅਤੇ ਆਉਣ ਵਾਲੇ ਲਗਭਗ ਹਫ਼ਤੇ 2 ਹਫ਼ਤਿਆਂ ਦੇ ਵਿੱਚ ਵੀ ਜੇ ਸਰਕਾਰ ਸਾਡੀਆਂ ਇਹ ਮੰਗਾਂ ਜਾਂ ਪ੍ਰਸ਼ਾਸਨ ਸਾਡੀਆਂ ਇਹਨਾਂ ਮੰਗਾਂ 'ਤੇ ਗੌਰ ਨਹੀਂ ਕਰਦਾ ਤਾਂ ਪਿੰਡ ਦੇ ਲੋਕਾਂ ਵੱਲੋਂ, ਮਜ਼ਦੂਰਾਂ ਕਿਰਤੀਆਂ ਵੱਲੋਂ ਇਹਦੇ ਖਿਲਾਫ਼ ਵੱਡਾ ਸੰਘਰਸ਼ ਕੀਤਾ ਜਾਵੇ।